ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਥਿੰਨ, ਫਿਊਚਰ ਡ੍ਰੀਮਸ ਇਮੀਗ੍ਰੇਸ਼ਨ ਤੋਂ। ਅੱਜ ਦੀ ਵੀਡੀਓ ਬਹੁਤ ਖਾਸ ਹੈ ਕਿਉਂਕਿ ਸਭ ਤੋਂ ਜਿਹੜਾ ਵੱਡਾ ਕਾਰਨ ਹੈ ਇਸ ਵੀਡੀਓ ਨੂੰ ਪੋਸਟ ਕਰਨ ਦਾ, ਸਪੈਸ਼ਲੀ ਜੋ ਇੱਥੇ ਸਟੂਡੈਂਟ ਆਉਂਦੇ ਨੇ ਜਾਂ ਵਰਕ ਪਰਮਿਟ 'ਤੇ ਆਉਂਦੇ ਨੇ, ਉਹਦੇ ਤੋਂ ਬਾਅਦ ਉਹਨਾਂ ਨੇ ਆਪਣੇ ਸਪਾਊਸ ਨੂੰ ਬੁਲਾਉਣਾ ਹੁੰਦਾ ਹੈ ਅਤੇ ਉਹਨਾਂ ਨੇ ਕਿਸੇ ਵੀ ਅਰਬ ਕੰਟਰੀ 'ਚ ਟਰੈਵਲ ਕੀਤਾ ਹੁੰਦਾ ਹੈ ਕਿ ਜੇ 6 ਮਹੀਨੇ ਜਾਂ 6 ਮਹੀਨੇ ਤੋਂ ਉੱਪਰ, ਠੀਕ ਹੈ। ਸੋ ਉਹਨਾਂ ਨੂੰ PCC ਦੀ ਰਿਕੁਆਇਰਮੈਂਟ ਪੈਂਦੀ ਹੈ। ਸੋ ਇਹ ਕਲਾਇੰਟ ਸਾਡੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸੀਗੇ, ਇਹਨਾਂ ਨੇ ਸਟੱਡੀ ਪਰਮਿਟ ਦੀ ਐਕਸਟੈਂਸ਼ਨ ਵੀ ਸਾਡੇ ਕੋਲੋਂ ਕਰਾਈ, ਸਪਾਊਜ਼ਲ ਓਪਨ ਵਰਕ ਪਰਮਿਟ ਵੀ ਸਾਡੇ ਕੋਲੋਂ ਅਪਲਾਈ ਕੀਤਾ, ਅਤੇ ਉਹਦੇ ਤੋਂ ਬਾਅਦ ਹੋਰ ਵੀ ਜਿਹੜੀਆਂ ਸਪਾਊਜ਼ਲ ਓਪਨ ਵਰਕ ਪਰਮਿਟ ਦੀ ਐਕਸਟੈਂਸ਼ਨ OINP ਦੀਆਂ ਜਿਹੜੀਆਂ ਫਾਈਲ ਸੀਗੀਆਂ ਸਾਡੇ ਕੋਲੋਂ ਸਬਮਿਟ ਕਰਵਾਈਆਂ। ਦੈਨ PR ਦੀ ਫਾਈਲ 'ਚ ਇੱਕ ਇਸ਼ੂ ਸੀਗਾ ਕਿ ਇਹਨਾਂ ਦੇ ਜਿਹੜੇ ਹਸਬੈਂਡ ਸੀਗੇ ਉਹਨਾਂ ਦੇ ਐਮਰਾਈਟਸ ID ਜਿਹੜੀ ਉਹ ਬਣੀ ਨਹੀਂ ਹੋਈ ਸੀਗੀ ਕਿਉਂਕਿ ਉਹ ਦੁਬਈ ਰਹਿ ਕੇ ਆਏ ਸੀਗੇ। ਸੋ ਉਹਨਾਂ ਦੀ ਅਰਾਊਂਡ ਦੁਬਈ ਦੇ ਵਿੱਚ 2-3 ਵਾਰ ਦੀ ਵਿਜ਼ਿਟ ਸੀਗੀ ਜਿਹਦੇ ਵਿੱਚ ਸਾਲ ਦੀ ਸਟੇ ਸੀਗੀ, ਅਤੇ ਉਹਨਾਂ ਦੇ ਕਦੇ ਵੀ ਉੱਥੇ ਫਿੰਗਰਪ੍ਰਿੰਟਸ ਨਹੀਂ ਹੋਏ ਸੀਗੇ, ਜਿਹਦੇ ਕਰਕੇ ਉਹਨਾਂ ਦਾ ਐਮਰਾਈਟਸ ID ਦਾ ਇਸ਼ੂ ਪੈ ਰਿਹਾ ਸੀਗਾ। ਸੋ ਉਹਨਾਂ ਨੇ ਹੋਰ ਵੀ 1-2 ਜਣਿਆਂ ਨੂੰ ਕੰਟੈਕਟ ਕੀਤਾ, ਬਟ ਉਹਦਾ ਸੋਲੂਸ਼ਨ ਨਹੀਂ ਹੋਇਆ ਕਿਉਂਕਿ ਜਦੋਂ ਆਪਾਂ PR ਅਪਲਾਈ ਕਰਦੀ ਹੁੰਦੀ ਹੈ ਕਿਸੇ ਵੀ ਕੰਟਰੀ 'ਚ, ਜੇ ਤੁਸੀਂ 6 ਮਹੀਨੇ ਜਾਂ 6 ਮਹੀਨੇ ਤੋਂ ਵੱਧ ਰਹਿ ਕੇ ਆਏ ਹੋ, ਸੋ ਉਹਦੇ ਹੀ ਤੁਹਾਨੂੰ PCC ਦੀ ਰਿਕੁਆਇਰਮੈਂਟ ਹੈਗੀ ਆ। ਸੋ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਅਤੇ ਦੈਨ ਆਪਾਂ ਉਹਨਾਂ ਨੂੰ ਦੱਸਿਆ ਕਿ ਹਾਂ ਵੀ ਇਹਦਾ ਕੀ ਪ੍ਰੋਸੈਸ ਹੋਊਗਾ। ਸੋ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਦੇ ਜਿਹੜੇ ਫਿੰਗਰਪ੍ਰਿੰਟਸ ਕੈਨੇਡਾ ਤੋਂ ਕਰਵਾ ਕੇ ਗਲੋਬਲ ਅਫੇਅਰ ਕੈਨੇਡਾ ਨੂੰ ਸੈਂਡ ਕੀਤੇ, ਜਿਨ੍ਹਾਂ ਨੇ ਉੱਥੇ ਉਹ ਨੋਟਰਾਈਜ਼ ਕਰਕੇ ਫਿਰ ਸਾਨੂੰ ਵਾਪਸ ਭੇਜੇ। ਉਹਦੇ ਤੋਂ ਬਾਅਦ ਉਹ ਆਪਾਂ ਫਿੰਗਰਪ੍ਰਿੰਟ ਦੁਬਈ ਅੰਬੈਸੀ ਨੂੰ ਭੇਜੇ, ਓਟਵਾ, ਠੀਕ ਹੈ। ਦੈਨ ਉਹਨਾਂ ਨੇ ਉਹ ਵਾਲੇ ਫਿੰਗਰਪ੍ਰਿੰਟ ਅੱਗੇ ਫਾਰਵਰਡ ਕੀਤੇ ਦੁਬਈ ਪੁਲਿਸ ਨੂੰ। ਸੋ ਆਲਮੋਸਟ ਇਹ 2-2.5 ਮਹੀਨੇ ਦਾ ਪ੍ਰੋਸੈਸ ਸੀਗਾ, ਬਟ ਐਟ ਦੀ ਐਂਡ ਆਫ ਦੀ ਡੇ ਉਹਨਾਂ ਦੀ PCC ਉਹਨਾਂ ਦੇ ਹੱਥ ਵਿੱਚ ਆ ਗਈ ਅਤੇ ਉਹ ਫਾਈਲ ਆਪਾਂ ਸਬਮਿਟ ਕੀਤੀ। ਪਹਿਲਾਂ ਉਹਨਾਂ ਦੀ OINP ਅਪਰੂਵਲ ਆ ਚੁੱਕੀ ਸੀਗੀ, ਉਹਦੇ ਤੋਂ ਬਾਅਦ ਫਾਈਲ ਸਬਮਿਟ ਕਰਨ ਤੋਂ ਬਾਅਦ ਉਹਨਾਂ ਦੀ ਅਰਾਊਂਡ 2 ਮੰਥ ਦੇ ਵਿੱਚ PR ਆ ਗਈ। ਸੋ ਕੰਗ੍ਰੈਚੁਲੇਸ਼ਨ। ਸੋ ਐਟ ਦੀ ਐਂਡ ਆਫ ਦੀ ਡੇ ਮੈਂ ਇਹੀ ਕਹਿਣਾ ਚਾਹਾਂਗਾ, ਸਪੈਸ਼ਲੀ ਜੋ ਦੁਬਈ ਵਿੱਚ ਰਹਿ ਕੇ ਆਏ ਨੇ, ਸੋ ਚਾਹੇ ਉਹਨਾਂ ਦੀ ਕੋਈ PCC ਦੀ ਕੋਈ ਤੁਹਾਨੂੰ ਲੱਗਦਾ ਕਿ ਕੋਈ ਪ੍ਰੋਬਲਮ ਪੈ ਰਹੀ ਹੈ, ਸੋ ਉਹਦੇ ਵਿੱਚ ਆਪਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਥੈਂਕ ਯੂ ਜੀ।